सुखबीर सिंह नाम आ 8वीं क्लास पढ़ दे। अच्छा एक कार बनाई गई है ਤੁਹਾਡੇ ਕੋਲੋਂ ਉਹ ਕਿੱਦਾਂ ਦਾ ਤੁਹਾਡੇ ਮਾਈਂਡ 'ਚ ਆਈਡੀਆ ਆਇਆ ਕਿੱਦਾਂ ਦੀ ਉਹ ਕਾਰ ਹੈਗੀ ਹੈ ਉਹਦੇ ਬਾਰੇ ਥੋੜਾ। हाँ 2 घंटे ऑनलाइन क्लासा तो बाद वेले सीगे फ्री सीगे बोर हुंदे सीगे अपनी ऑटो पार्ट्स दी फैक्ट्री मैं देखदा सी मशीनां बारे किवें चलदियां ने किवें फिर मेरे माइंड च आन लग गया कि मैं कुछ करा ना कुछ बनावा फिर मैं दादे नूं कहा कि मोटरसाइकिल बनाने कहते मोटरसाइकिल तो सारे बनाउंदे ने वी तू कार बना ला वी लग ची तू कार बना ला फिर आपां कार बनाउण लग गए। मेरी सिस्टर ते मैं इहदा डिजाइन तैयार कीता किवें दी बनाउणी आ फिर स्ट्रक्चर तैयार किया आई फिर अपन टाइम लग गया बनाई गए। इंजन एक्टिव है इंजन बॉडी ये दी लकड़ दी है। अच्छा कितना टाइम लग गया इन्हें बनाने ले ते कितनी तुम्हारी मेहनत सी ये पीछे और किने किने मदद की थी। 9-10 महीने लग गए इन्हें बनाने 9-10 महीने लग गए थे। किने किने मदद की थी तुम्हारी कितने कितने सामान ले आंदा और पूरी फैमिली मदद की थी दादा जी ने और सारे ने पापा ने मेरे सिस्टर ने। अच्छा सामान कितना मंगाया कितना पूरा मिला सामान कितना कितना मंगाया सामान उधर पर समान ता ऑर्डर ते अद्दा अद्दा दिता सी मतलब मगराड़ ऑर्डर ते बनाई सी बम्पर ऑर्डर ते बनाई सी के लाइट ऑर्डर लाइट ऑर्डर ते मंगवाई सी की। समान कितना कितना यूज किता है बुलेट दे टायर आ किस तरह समान यूज किता है। बुलेट दे टायर ने और किस समान यूज किता ਹੋਰ ਜਿਹੜੇ ਮਗਰਾਣ ਨੇ ਉਹ ਬੁਲਟ ਦੇ ਨਹੀਂ ਹੈਗੇ ਉਹ ਆਪਾਂ ਆਪ ਬਣਾ ਆਰਡਰ ਤੇ ਬਣਵਾਏ ਨੇ ਤੇ ਇਹਦਾ ਜਿਹੜਾ ਗੇਅਰ ਬਾਕਸ ਆ ਉਹ ਵੀ ਆਪ ਬਣਾਇਆ ਵਾ ਐਕਟਿਵਾ ਦਾ ਫਰੰਟ ਹੁੰਦਾ ਪਿਛਲਾ ਗੇਅਰ ਹੁੰਦਾ ਨਹੀਂ ਤਾਂ ਉਹ ਆਪ ਬਣਾਇਆ ਆਪਾਂ। ਕੌਣ ਕੌਣ ਤੁਹਾਨੂੰ ਸਪੈਸ਼ਲ ਇਹਦੇ ਵਾਸਤੇ ਵਧਾਈ ਦੇ ਕੇ ਗਿਆ ਕਿਤਾ ਦਾ ਫੀਲ ਹੋ ਰਿਹਾ ਸਾਰੇ ਆਉਂਦੇ ਸਾਰੇ ਵਧਾਈ ਦੇ ਕੇ ਜਾਂਦੇ ਸੀ। ਹਾਂਜੀ ਤੇ ਹੁਣ ਕੀ ਅਗਲਾ ਟੀਚਾ ਹੈਗਾ ਅਗਲਾ ਕੀ ਸੋਚਿਆ ਹੈਗਾ ਹੋਰ ਕੀ ਬਣਾਉਣਾ ਹੈ ਹੋਰ ਕੀ ਇਨੋਵੇਸ਼ਨ। ਹਾਂਜੀ ਆਪਾਂ ਅਗਲੀ ਕਾਰ ਬਣਾਉਣੀ ਆ ਬੈਟਰੀ ਵਾਲੀ ਉਹਦਾ। जो हुंदा देख रहे की हुंदा। अच्छा परिवार वालों किदा दा समर्थन है नहीं तो कई बार घर दे कह देंदे वी आ की फालतू जे काम तू करन लगा है ना उनां वालों किदा दा सहयोग रहा है उनां वाला सपोर्ट आ सा पूरा। हां अंकल जी की नाम है ਤੁਹਾਡਾ ਤੇ ਇਹ ਕਦੋਂ ਇਸ ਸ਼ੁਰੂਆਤ ਕੀਤੀ ਗੱਡੀ ਬਣਾਈ ਆ ਪੋਤੇ ਨੇ ਤੁਹਾਡੇ ਵੱਲੋਂ ਕਿਦਾਂ ਦਾ ਸਹਿਯੋਗ ਰਿਹਾ ਆਟੋ ਪਾਰਟ ਤੁਸੀਂ ਫੈਕਟਰੀ 'ਚ ਬਣਾਉਂਦੇ ਹੋ ਕਿੱਥੋਂ ਆਈਡੀਆ ਜਨਰੇਟ ਹੋਇਆ ਤੁਹਾਡੀ ਵੱਲੋਂ ਕਿਦਾਂ ਦੀ ਮਦਦ ਰਹੀ। ਮੇਰਾ ਨਾਮ ਉਦਮਜੀਤ ਸਿੰਘ ਸਾਡੀ ਆਟੋ ਫੈਨ ਇੰਡੀਆ ਫੈਕਟਰੀ ਆ ਆਟੋ ਪਾਰਟ ਬਣਦਾ ਆ। ਐਕਚੁਅਲੀ ਕੀ ਆ ਲੋਕਡਾਊਨ ਦੇ ਵਿੱਚ ਬੱਚੇ ਇੱਕ ਦੋ ਘੰਟੇ ਆਪਣੀਆਂ ਆਨਲਾਈਨ ਕਲਾਸਾਂ ਲਾ ਕੇ ਵਿਹਲੇ ਹੋ ਜਾਂਦੇ ਸੀ ਹੁਣ ਇਹ ਵਿਹਲੇ ਆ ਗੇਮ ਖੇਡਣ ਲੱਗ ਜਾਂਦੇ ਆ ਫਿਰ ਗੇਮ ਖੇਡਦੇ ਆ ਇਹਨੂੰ ਕਿਹਾ ਵੀ ਗੇਮ ਕਿਉਂ ਖੇਡ ਰਹੇ ਹੋ ਤਦ ਜੀ ਹੋਰ ਕੀ ਕਰੀਏ ਬੋਰ ਹੁੰਦੇ ਹਾਂ ਅਸੀਂ ਉਹ ਫਿਰ ਇਹ ਗੇਮ ਖੇਡਦੇ ਖੇਡਦੇ ਕਹਿੰਦੇ ਇਹ ਗੇਮ ਕਿੰਨਾ ਚਿਰ ਖੇਡ ਲਾਂਗੇ ਅਸੀਂ ਨਹੀਂ ਖੇਡ ਸਕਦੇ ਅਤੇ ਸਾਨੂੰ ਕੋਈ ਕੰਮ ਦੱਸੋ ਇਹ ਹੁਣ ਫਿਰ ਮੈਂ ਕਿਹਾ ਫੈਕਟਰੀ ਦੇ ਵਿੱਚ ਆ ਜਾ ਤੂੰ ਫੈਕਟਰੀ 'ਚ ਇਹਨੇ ਰਾਊਂਡ ਲਾਉਣੇ ਸ਼ੁਰੂ ਕਰ ਦਿੱਤੇ ਇਹਨੇ ਦੇਖਿਆ ਵੀ ਕਿੱਦਾਂ ਕੰਮ ਹੋ ਰਿਹਾ ਕਿੱਦਾਂ ਨਹੀਂ ਹੋ ਰਿਹਾ ਫਿਰ ਇਹਨੇ ਸੋਚ ਕੇ ਦੱਸਿਆ ਮੈਨੂੰ ਕਹਿੰਦਾ ਦਾਦਾ ਜੀ ਮੈਂ ਮੋਟਰਸਾਈਕਲ ਬਣਾਉਣਾ ਮੈਂ ਕਿਹਾ ਮੋਟਰਸਾਈਕਲ ਨਾ ਬਣਾ ਤੂੰ ਉਦੋਂ ਹੋਰ ਬੱਚੇ ਬਹੁਤ ਬਣਾਉਂਦੇ ਆ ਤੂੰ ਕਾਰ ਬਣਾ ਅਤੇ ਕਾਰ ਦਾ ਫਿਰ ਇਹਨਾਂ ਨੇ ਇਹਦੀ ਅਤੇ ਇਹਦੀ ਦੀਦੀ ਨੇ ਇਹਦਾ ਡਿਜ਼ਾਇਨ ਚੂਜ਼ ਕੀਤਾ ਉਹਦੇ ਹਿਸਾਬ ਨਾਲ ਫਿਰ ਇਹਨਾਂ ਨੇ ਇਹਦਾ ਸਟਰਕਚਰ ਬਣਾਉਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਜਿਹੜੀ ਅੰਦਰ ਮਸ਼ੀਨਰੀ ਸੀਗੀ ਉਹ ਕਿੱਦਾਂ ਦੀ ਯੂਜ਼ ਕੀਤੀ ਇਹਦਾ ਜੀ ਫਿਰ ਇਹਨਾਂ ਦਾ ਸਟਰਕਚਰ ਬਣਾਇਆ ਫਰੇਮ ਬਣਾਇਆ ਪਹਿਲਾਂ ਪਾਈਪ ਲਿਆ ਜੇ ਉਹਦੇ ਹਿਸਾਬ ਨਾਲ ਇਹਨਾਂ ਨੇ ਇਹਦਾ ਡਿਜ਼ਾਈਨ ਕੀਤਾ ਵੀ ਇੰਨੀ ਕਿੰਨੀ ਲੰਬੀ ਬਣਾਉਣੀ ਆ ਕਿੰਨੀ ਚੌੜੀ ਬਣਾਉਣੀ ਆ ਅਤੇ ਉਸ ਹਿਸਾਬ ਨਾਲ ਇਹਨੇ ਪਾਈਪ ਕੱਟ ਕਟਾ ਕੇ ਵੈਲਡਿੰਗ ਕਰਵਾਏ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਇੰਜਨ ਰੱਖਣਾ ਸੀਗਾ ਫਿਰ ਇਹ ਸੋਚਿਆ ਵੀ ਇੰਜਨ ਕਿਹੜਾ ਰੱਖਣਾ ਜੇ ਹੋਰ ਇੰਜਨ ਜਾਂ ਗੱਡੀਆਂ ਦੇ ਰੱਖਦੇ ਉਹਨਾਂ ਦੇ ਗੇਅਰ ਹੁੰਦੇ ਆ ਲੇਕਿਨ ਬਣਾਉਣੀ ਕਹਿੰਦਾ ਮੈਂ ਆਟੋਮੈਟਿਕ ਆ ਫਿਰ ਇਹਨੇ ਐਕਟਿਵਾ ਦਾ ਇੰਜਨ ਚੂਜ਼ ਕੀਤਾ ਵੀ ਉਹ ਰੇਸ ਦੇਈ ਚੱਲੋ ਚੱਲੀ ਜਾਂਦਾ ਫਿਰ ਉਹ ਬਣਾ ਰੱਖ ਲਿਆ ਇਹਨਾਂ ਨੇ ਫਰੇਮ ਦੇ ਉੱਤੇ ਚਾਲੂ ਕਰਕੇ ਦੇਖ ਲਿਆ ਟ੍ਰਾਇਲ ਕਰ ਲਿਆ ਇਹ ਕਹਿੰਦਾ ਰਿਵਰਸ ਕਿੱਦਾਂ ਕਰੀਏ ਉਹ ਇਹਨੇ ਸੋਚਿਆ ਵੀ ਰਿਵਰਸ ਵੀ ਕਰਨਾ ਜ਼ਰੂਰੀ ਆ ਫਿਰ ਇਹਨੇ ਫਿਰ ਉਹ ਡਿਜ਼ਾਈਨ ਕੀਤਾ ਗੇਅਰ ਬਾਕਸ ਨੂੰ ਵੀ ਮਹੀਨਾ ਡੇਢ ਮਹੀਨਾ ਲਾਤਾ ਇਹਨਾਂ ਨੇ ਉਹ ਗੇਅਰ ਬਾਕਸ ਤਿਆਰ ਕਰਕੇ ਫਿਰ ਉਹ ਰੱਖ ਕੇ ਚਲਾ ਕੇ ਦੇਖਿਆ ਉਹ ਕਾਮਯਾਬ ਹੋ ਗਿਆ ਅਤੇ ਉਹ ਫਿਰ ਇਹਨਾਂ ਨੇ ਫਿਰ ਉਦੋਂ ਬਾਅਦ ਕੀ ਕੀਤਾ ਵੀ ਉਹ ਤਿਆਰੀ ਹੋ ਗਈ ਟ੍ਰਾਇਲ ਹੋ ਗਿਆ ਉਦੋਂ ਬਾਅਦ ਲੱਕੜ ਦੀ ਬੋਡੀ ਦਾ ਖਿਆਲ ਆਇਆ ਵੀ ਇੱਦਾਂ ਹੋਊ ਲੋਹੇ ਦੀ ਬਣਨੀ ਮੁਸ਼ਕਲ ਆ
ਜਿਵੇਂ ਜਿਵੇਂ ਇਹ ਦੱਸੀ ਗਿਆ ਮਿਸਤਰੀ ਨੂੰ ਲੱਕੜ ਵਾਲੇ ਨੂੰ ਬਈ ਇਸ ਤਰ੍ਹਾਂ ਦਾ ਡਿਜ਼ਾਈਨ ਮੈਂ ਬਣਾਉਣਾ ਚਾਹੁੰਦਾ, ਇੱਦਾਂ ਇੱਦਾਂ ਕਰਨਾ, ਕੋਲੇ ਖੜਾ ਰਿਹਾ, ਜਿਵੇਂ ਜਿਵੇਂ ਇਹ ਦੱਸੀ ਗਿਆ ਉਵੇਂ ਉਵੇਂ ਲੱਕੜ ਦੀ ਬੋਡੀ ਤਿਆਰ ਕਰ ਦਿੱਤੀ। ਅੱਛਾ, ਜਿੱਥੇ ਪੋਤਾ ਅੜਦਾ ਸੀ, ਜਿੱਥੇ ਟੈਨਸ਼ਨ ਹੋ ਜਾਂਦੀ ਸੀ ਵੀ ਹੁਣ ਅੱਗੇ ਕੀ ਕਰਾਂਗੇ, ਹੁਣ ਅੱਗੇ ਮਸ਼ੀਨਰੀ ਕਿਵੇਂ ਚਲਾਵਾਂਗੇ, ਡਿਜ਼ਾਈਨ ਕਿਹੋਗਾ, ਉੱਥੇ ਫਿਰ ਦਾਦੇ ਦਾ ਕਿੱਦਾਂ ਦਾ ਸਹਿਯੋਗ ਹੁੰਦਾ ਸੀ? ਉਹ ਇੱਦਾਂ ਆਉਂਦਾ ਸੀ ਵੀ ਇਹਨੂੰ ਦਾਦਾ ਜੀ ਕੀ ਕਰੀਏ, ਹੁਣ ਮੈਂ ਇੱਥੇ ਆ ਰੁਕ ਗਿਆ, ਰਿਵਰਸ ਗੇਅਰ ਦੀ ਗੱਲ ਲੈ ਲਓ ਤੁਸੀਂ, ਅਤੇ ਫਿਰ ਇਹ ਕਹਿੰਦਾ ਜੀ ਇਹਨੂੰ ਕਿੱਦਾਂ ਕਰੀਏ, ਇਹ ਇਹਨੂੰ ਦੱਸਿਆ ਹੋਇਆ ਬਈਆ ਇਹਦੀਆਂ ਜਿਹੜੀਆਂ ਫਰੰਟ ਵਾਲੀਆਂ ਗਰਾਰੀਆਂ ਨੇ ਜਿਹੜੀਆਂ ਮੋਟਰਸਾਈਕਲ ਦੀਆਂ ਲੈ ਕੇ ਆਇਆ, ਸ਼ਾਫਟਾਂ ਲੈ ਕੇ ਆਇਆ, ਇਹਨੂੰ ਕੱਢ ਦੇ, ਇੱਕ ਗਰਾਰੀ ਰੱਖ, ਇਹਨੂੰ ਦੂਜੇ ਪਾਸੇ ਡਬਲ ਕਰ ਲਾ, ਇਹਨੂੰ ਇਹਦੇ ਹਿਸਾਬ ਨਾਲ ਇਹਨੂੰ ਬੋਰ ਕਰਵਾ ਕੇ ਇਹਨੂੰ ਫਿੱਟ ਕਰ ਲਾ। ਇਹਨਾਂ ਨੇ ਜਿਵੇਂ ਮੈਂ ਇਹਨੂੰ ਦੱਸਿਆ ਉਵੇਂ ਕਰ ਲਿਆ, ਉਹ ਕਾਮਯਾਬ ਹੋ ਗਈ। ਕਿੱਦਾਂ ਕੁ ਮਾਣ ਮਹਿਸੂਸ ਹੋ ਰਿਹਾ ਜੀ, ਬੇਟੇ ਨੇ ਗੱਡੀ ਬਣਾ ਦਿੱਤੀ ਹੈ, ਤਿਆਰ ਹੈ, ਦਾਦਾ ਪੋਤਾ ਇਕੱਠੇ ਸਫ਼ਰ ਕਰਦੇ ਨੇ, ਕਿੱਦਾਂ? ਦੇਖੋ ਜੀ ਇਹ ਤਾਂ ਮਾਣ ਤਾਂ ਹੁੰਦਾ ਜੀ, ਬਹੁਤ ਖੁਸ਼ੀ ਹੁੰਦੀ ਆ ਜਦੋਂ ਬੱਚੇ ਇਸ ਇੱਦਾਂ ਕੰਮ ਕਰਦੇ ਨੇ, ਔਰ ਫਿਰ ਇੱਦਾਂ ਲੱਗਦਾ ਬਈ ਇਹ ਬੱਚੇ ਇੰਨੀਆਂ ਤਰੱਕੀਆਂ ਕਰਨਗੇ ਬਈ ਇੰਨਾ ਬਈ ਸਾਡੀਆਂ ਸਾਡਾ ਵੀ ਨਾਂ ਰੋਸ਼ਨ ਹੋਊਗਾ, ਤੇ ਸੂਬੇ ਦਾ ਵੀ ਨਾਂ ਰੋਸ਼ਨ ਹੋਊਗਾ, ਤੇ ਦੇਸ਼ ਦਾ ਵੀ ਨਾਂ ਰੋਸ਼ਨ ਹੋਊਗਾ। ਅਗਲਾ ਟੀਚਾ ਕੀ ਹੈਗਾ, ਹੋਰ ਬੈਟਰੀ ਦੀ ਗੱਡੀ ਬਣਾਉਣ ਬਾਰੇ ਸੋਚ ਰਿਹਾ ਪੋਤਾ, ਉਹਦੇ ਬਾਰੇ ਕਿੱਦਾਂ ਦੇ ਜਿਹੜੇ ਆ ਤਿਆਰੀ ਕੀਤੀ ਜਾ ਰਹੀ ਹੈ? ਦੇਖੋ ਜੀ ਇਹ ਬਹੁਤ ਮੈਨੂੰ ਦੱਸਦਾ ਆ ਬਈ ਇਹ ਦਾਦਾ ਜੀ ਆਹ ਕਰਨਾ ਉਹ ਕਰਨਾ, ਹੁਣ ਕਹਿੰਦਾ ਮੈਂ ਬੈਟਰੀ ਵਾਲੀ ਕਾਰ ਬਣਾਉਣੀ ਆ, ਬੈਟਰੀ ਦਾ ਸਾਰਾ ਸਮਾਨ ਅਸੀਂ ਮਤਲਬ ਔਡਰ ਕਰ ਦਿੱਤਾ ਆ, ਅਤੇ ਉਦੋਂ ਬਾਅਦ ਇਹਨੇ ਫਰੇਮ ਦਾ ਡਿਜ਼ਾਈਨ ਦੇਖਣਾ ਆ ਵੀ ਕਿੱਦਾਂ ਕਰਨਾ, ਉਹਨੂੰ ਕਿੱਦਾਂ ਫਿੱਟ ਹੋਣੀ ਆ, ਉਹ ਕਰਕੇ ਉਸ ਤੋਂ ਬਾਅਦ ਇੱਕ ਗੱਲ ਹੋਰ ਮੈਨੂੰ ਇਹਨੇ ਕਹੀ, ਉਹ ਬੜੀ ਹੈਰਾਨ ਕਰਨ ਵਾਲੀ ਗੱਲ ਆ। ਇਹ ਕਹਿੰਦਾ ਦਾਦਾ ਜੀ ਆਪਾਂ ਬੈਟਰੀ ਵਾਲੀ ਗੱਲ ਬਣਾ ਲਾਂਗੇ ਕਾਰ, ਉਦੋਂ ਬਾਅਦ ਜਿਹੜੀ ਮੇਰੇ ਦਿਮਾਗ 'ਚ ਘੁੰਮੀ ਜਾਂਦੀ ਆ ਗੱਲ, ਉਹ ਮੈਂ ਬਣਾਉਣੀ ਉੜਨ ਵਾਲੀ ਕਾਰ, ਜਿਵੇਂ ਜਿਵੇਂ ਵਿਆਹ ਸ਼ਾਦੀਆਂ ਜਿਵੇਂ ਡਰੋਨ ਚੱਲਦੇ ਨੇ ਨਾ, ਉੱਦਾਂ ਮੈਂ ਉੜਨ ਵਾਲੀ ਕਾਰ ਬਣਾਉਣੀ ਆ। ਮੈਂ ਕਿਹਾ ਫਿਰ ਇਹ ਸਿੰਗਲ ਮੈਂਬਰ ਦੀ ਤੁਸੀਂ ਟਰਾਈ ਕਰ ਲਿਓ, ਤੁਸੀਂ ਜਿਹੜਾ ਬੱਚਾ ਸੋਚਦਾ ਇਹ ਗੱਲ, ਉਹ ਕੱਲ੍ਹ ਨੂੰ ਉਹ ਬਣਾ ਵੀ ਸਕਦਾ, ਤਿਆਰ ਵੀ ਹੋ ਸਕਦੀ ਹੈ। Subscribe to our YouTube channel News DNN by clicking the bell icon. Don't forget to like, comment and share.